ਰੂਸ ਤੇ ਯੂਕਰੇਨ ਵਿਚਕਾਰ ਜੰਗ ਲੱਗਣ ਦੇ ਕਾਰਨ ਭਾਰਤੀ ਵਿਦਿਆਰਥੀ ਵਾਪਸ ਆਪਣੇ ਘਰ ਪਰਤ ਰਹੇ ਨੇ ਪਰ ਅਜੇ ਵੀ ਬਹੁਤ ਸਾਰੇ ਵਿਦਿਆਰਥੀ ਹਾਲੇ ਵੀ ਯੂਕਰੇਨ ਵਿੱਚ ਫਸੇ ਹੋਏ ਨੇ ਦੱਸਦੀ ਹੈ ਕਿ ਖੰਨਾ ਤੋਂ ਐਮਬੀਬੀਐਸ ਦੀ ਪੜ੍ਹਾਈ ਕਰਨ ਯੂਕਰੇਨ ਗਈ ਕਸ਼ਿਸ਼ ਵਿਜ ਬੀਤੇ ਦਿਨ ਸੁਰੱਖਿਅਤ ਆਪਣੇ ਘਰ ਪਰਤੀ ਜਿਸ ਤੋਂ ਬਾਅਦ ਮਾਤਾ ਪਿਤਾ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਬੇਟਾ ਕੀ ਆ ਨਾਮ ਤੁਹਾਡਾ ਕਸ਼ਿਸ਼ ਵਿਜ ਤੇ ਤੁਸੀਂ ਯੂਕਰੇਨ ਤੋਂ ਕਦੋਂ ਵਾਪਸ ਆਏ ਅਮ ਯੈਸਟਰਡੇ ਓਨਲੀ ਇਨ ਦ ਮਾਰਨਿੰਗ जिसका बॉर्डर रोमिया के साथ लगता है तो उस टाइम पे बहुत ज्यादा स्ट्रेस नहीं था पर इस टाइम पे क्रिटिकल है सिचुएशन पर मतलब पैनिक करने वाली कोई ऐसा बात नहीं है शुरू हो गई है आज या कल में बच्चे वापस आने शुरू हो जाएंगे कितने समय से आप वहां पर गए थे Uh, मैं 2020 में गई थी दिसंबर में uh, अब मेरा सेकंड ईयर चल रहा है तो किस चीज की वहां पर आप स्टडी के लिए गए थे एमबीबीएस एमबीबीएस और कितने स्टूडेंट होंगे जो खन्ना एरिया की बात करें तो खन्ना के मेरी यूनिवर्सिटी में तो खन्ना से अभी स्टिल कोई है नहीं हुँ. पर uh, आसपास होंगे काफी तो क्या सिचुएशन थी जब वापस वहां पर आ रहे थे टीचर क्या बोल रहे थे टीचर्स ने पहले टीचर्स को ऐसा कोई इन्फॉर्मेशन नहीं थी मतलब इस चीज़ की कि बच्चों को वापस भेजना है देवर लाइक like कि ये सब शांत हो जाएगा ऑफलाइन क्लासेस शुरू होंगी फिर से थोड़े दिन के लिए बीच में से शुरू भी हो गई थी और पर अभी फिलहाल के लिए जो सिचुएशन है उसके अकॉर्डिंग तो ऑनलाइन ही चलेगी अब तो टीचर्स खुद ही बोल रहे हैं कि अभी फिलहाल के लिए ऑनलाइन चलेगी जब तक ये वॉर सिचुएशन खत्म नहीं होती जो टीचर आपके उनके चेहरे पे भी कहीं ना कहीं मायूसी होगी हाँ जी वो टेंस्ड हैं अभी भी मैम यही बोल रहे थे कि हम लोग बहुत बड़ी ट्रबल में हैं पर इसका मतलब ये नहीं है कि हम क्लासेस मिस करेंगे क्लासेस तो हमें कंटिन्यू करनी है खाने पीने की वहाँ पर कुछ कमी आ रही है या कुछ है? खाने पीने की कोई कमी नहीं आ रही इस चीज़ का कुछ नहीं है बस थोड़ा नेटवर्क इशू हो रहा है नेट नेट मतलब थोड़ा स्लो हो जाता है जब ऐसी कोई कंडीशन होती है पर बाकी सब नॉर्मल है उन्होंने पैनिक करने के लिए मना किया है क्योंकि वो अरेंज कर रहे हैं ऐसा मतलब पैनिक करने वाली कोई बात नहीं है वो स्लो एंड स्लो सबको वापस भेज ही देंगे इंडियंस को तो वापस भेजेंगे आप और कितने के स्टूडेंट थे आप जिस कॉलेज में मेरी यूनिवर्सिटी में मेरे खुद के बैच में ही मोर देन सिक्स हंड्रेड आए गए स्टूडेंट्स हैं मतलब मेरे बैच में यस yes, और बाकी आ गए हैं सेवेंटी परसेंट आ गए हैं जो थर्टी परसेंट रहते हैं आज दो लिस्ट आ गई हैं दो लिस्ट के बच्चे आ जाएंगे फिर कल दो लिस्ट आएंगी तो इवेक्यूशन शुरू हो गई है सारे इंडियन थे या किसी और कंट्री से थी ਬਾਕੀ ਕੰਟਰੀਜ਼ ਕੇ ਵੀ ਬੱਚੇ ਹੁੰਦੇ ਆ ਪਰ ਵਹਾਂ ਪੇ ਇ ਮਤਲਬ ਮੇਰੀ ਯੂਨੀਵਰਸਿਟੀ ਮੇ ਮੇਰੀ ਮਤਲਬ ਐਸੇ ਇੰਡੀਅਨਸ ਕੀ ਅਲੱਗ ਫੈਕਲਟੀ ਹੁੰਦੀ ਹੈ ਯੂਕਰੇਨੀਅਨਸ ਕੀ ਅਲੱਗ ਹੁੰਦੀ ਹੈ ਔਰ ਬਾਕੀ ਜੋ ਟਰਕਿਸ਼ ਵਗੈਰਾ ਕੇ ਬੱਚੇ ਹੁੰਦੇ ਆ ਉਨਕੀ ਵੀ ਥੋੜੀ ਅਲੱਗ ਹੁੰਦੀ ਹੈ ਦਿਨੇਸ਼ ਜੀ ਕੀ ਕਹਿਣਾ ਚਾਹੁੰਦੇ ਹੋ ਬੇਟੀ ਜਿਹੜੀ ਯੂਕਰੇਨ ਤੋਂ ਪਰਤੀ ਹੈਗੀ ਹੈ ਲਫਜ਼ ਤਾਂ ਹੋ ਸਕਦਾ ਘੱਟ ਪਿਆ ਜਾਣ ਲੇਕਿਨ ਪਿਛਲੇ 10 ਦਿਨਾਂ ਤੋਂ ਜਿੰਨੀ ਦਿਮਾਗ ਤੇ ਟੈਨਸ਼ਨ ਸੀਗੀ ਜੋ ਰਸ਼ੀਆ ਵੱਲੋਂ ਯੂਕਰੇਨ ਦੇ ਵਿੱਚ ਕੀਤਾ ਜਾ ਰਿਹਾ ਹੈ ਜੋ ਉੱਥੇ ਦੇ ਹਾਲਾਤ ਨੇ ਇਸ ਸਮੇਂ ਰੋਜ਼ਰ ਨਿਊਜ਼ ਦੇਖਦੇ ਸੀਗੇ ਸੁਣਦੇ ਸੀ ਦਿਮਾਗ ਤੇ ਟੈਨਸ਼ਨ ਹੁੰਦੀ ਸੀ ਬਰਡਨ ਬਹੁਤ ਜ਼ਿਆਦਾ ਸੀ ਟਿਕਟ ਬੁਕਿੰਗ ਦੇ ਵਿੱਚ ਬਹੁਤ ਜ਼ਿਆਦਾ ਤਕਲੀਫ ਹੋਈ ਦਿੱਕਤਾਂ ਦਾ ਸਾਹਮਣਾ ਹੋਇਆ ਕਿਉਂਕਿ ਜਦ ਅਸੀਂ ਟਿਕਟ ਬੁੱਕ ਕਰਨ ਚੱਲਦੇ ਹਾਂ ਆਨਲਾਈਨ ਬੁਕਿੰਗ ਹੁੰਦੀ ਹੈ ਤਾਂ 28-30000 ਤੋਂ ਚੱਲਦੀ ਹੈ 70000 ਤੇ ਜਾ ਕੇ ਐਂਡ ਹੁੰਦੀ ਹੈ ਤਾਂ ਟਿਕਟ ਬੁੱਕ ਨਹੀਂ ਹੁੰਦੀ ਲੇਕਿਨ ਬਾਇ ਚਾਂਸ ਬਾਇ ਲੱਕ ਮੇਰੀ ਟਿਕਟ ਜਿਹੜੀ ਬੁੱਕ ਹੋਈ ਬੇਟੀ ਦੀ ਔਰ ਬਹੁਤ ਵਧੀਆ ਸਮੇਂ ਤੇ ਉਹ ਆਪਣੇ ਘਰ ਪਹੁੰਚ ਗਈ ਆਪਣੇ ਹਿੰਦੁਸਤਾਨ ਵਾਪਸ ਆਈ ਹੈ ਬਹੁਤ ਖੁਸ਼ੀ ਹੁੰਦੀ ਹੈ ਜਿੰਨੇ ਦਿਨ ਨਹੀਂ ਆਈ ਕਿਤੇ ਨਾ ਕਿਤੇ ਟੈਨਸ਼ਨ ਜਰੂਰ ਹੁੰਨੀ ਦਿਮਾਗ ਤੇ ਟੈਨਸ਼ਨ ਤਾਂ ਇੰਨੀ ਜ਼ਿਆਦਾ ਸੀ ਕਿ ਅਸੀਂ ਮਤਲਬ ਹਰ ਟਾਈਮ న్యూਸ ਹੀ ਦੇਖਦੇ ਰਹੇ ਔਰ ਰਾਤ ਨੂੰ ਨੀਂਦ ਵੀ ਨਹੀਂ ਸੀ ਆਂਦੀ ਕਿਉਂਕਿ ਟਾਈਮ ਬੇ ਟਾਈਮ ਇਹ ਬੇਟੀ ਵੱਲੋਂ ਕਾਲ ਆਣੀ ਔਰ ਉਹਦੇ ਜਦੋਂ ਨੇ ਗੱਲਾਂ ਦੱਸਣੀਆਂ ਤਾਂ ਟੈਨਸ਼ਨ ਤਾਂ ਹੋ ਹੀ ਜਾਂਦੀ ਹੈ ਪੈਨਿਕ ਹੋ ਜਾਂਦਾ ਕਦੇ-ਕਦੇ ਬੰਦਾ ਕੀ ਚਾਹੀਦਾ ਵੀ ਸਰਕਾਰ ਨੂੰ ਜਿੰਨੇ ਇੱਕ ਬਾਕੀ ਜਿਹੇ ਸਟੂਡੈਂਟ ਰਹਿ ਗਏ ਨੇ ਉਹਨਾਂ ਨਾਲ ਕੀ ਉਪਰਾਲਾ ਹੋਣਾ ਚਾਹੀਦਾ Indian government ਵੱਲੋਂ ਜੋ ਹੋ ਰਿਹਾ ਜੋ ਇਨੀਸ਼ੀਏਟਿਵ ਲਏ ਗਏ ਨੇ ਉਹ ਬਹੁਤ ਵਧੀਆ ਨੇ ਕਿਉਂਕਿ ਪਿਛਲੇ 2 ਦਿਨਾਂ ਦੇ ਵਿੱਚ ਕਾਫੀ ਫਲਾਈਟਸ ਇੰਡੀਆ ਵੱਲੋਂ ਚਾਰਟਰਡ ਭੇਜੀਆਂ ਗਈਆਂ ਨੇ ਔਰ ਬਹੁਤ ਸਾਰੇ ਬੱਚੇ ਉਹਨਾਂ ਦੇ ਵਿੱਚ ਵਾਪਸ ਆ ਰਹੇ ਆ ਔਰ Indian government ਨੇ ਹੁਣ ਵੀ ਬੱਚਿਆਂ ਨੂੰ ਬਹੁਤ ਵਧੀਆ ਫੈਸਿਲਿਟੀਆਂ ਉੱਥੇ ਦਿੱਤੀਆਂ ਪੂਰੀ ਸੇਫਟੀ ਹੈ ਉਹਨਾਂ ਦੀ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈ ਲੇਕਿਨ ਜੋ ਹੁਣ ਪਤਾ ਲੱਗ ਰਿਹਾ ਕਿ ਅੱਜ ਦੋ ਫਲਾਈਟਸ ਹੋਰ ਗਈਆਂ ਔਰ ਦੋ ਸਵੇਰ ਜਾ ਰਹੀਆਂ ਤਾਂ ਕਾਫੀ ਬੱਚੇ ਵਾਪਸ ਆ ਜਾਣਗੇ ਬਿਊਰੋ ਰਿਪੋਰਟ ਸਫਰ ਟੀਵੀ